ਮੋਹਾਲੀ ਦੇ ਵਿੱਚ ਚੰਡੀਗੜ੍ਹ ਪੁਲਿਸ ਕਰਮੀ ਦੀ ਹੋਈ ਕੁੱਟਮਾਰ। ਪੰਜਾਬ ਪੁਲਿਸ ਦੇ ਮੁਲਾਜ਼ਮ ਤੇ ਲੱਗੇ ਕੁੱਟਮਾਰ ਦੇ ਇਲਜ਼ਾਮ। ਦੱਸਦੇ ਕਿ ਚੰਡੀਗੜ੍ਹ ਦਾ ਪੁਲਿਸ ਮੁਲਾਜ਼ਮ ਆਪਣੇ ਦੋਸਤਾਂ ਦੇ ਨਾਲ ਮੋਹਾਲੀ ਦੇ 3B2 ਇਲਾਕੇ ਦੇ ਵਿੱਚ ਇੱਕ ਰੈਸਟੋਰੈਂਟ ਦੇ ਵਿੱਚ ਰੋਟੀ ਖਾਣ ਜਾਂਦੇ ਨੇ, ਜਿੱਥੇ ਉਸਦੇ ਨਾਲ ਕੁੱਟਮਾਰ ਹੋਈ ਹੈ ਤੇ ਬੁਰੀ ਤਰੀਕੇ ਦੇ ਨਾਲ ਉਹ ਜ਼ਖਮੀ ਹੋ ਜਾਂਦਾ ਹੈ। ਇਸ ਸੰਬੰਧੀ ਜ਼ਖਮੀ ਸ਼ਖਸ ਵੱਲੋਂ ਪੰਜਾਬ ਪੁਲਿਸ ਦੇ ਮੁਲਾਜ਼ਮ ਤੇ ਕੁੱਟਮਾਰ ਦੇ ਇਲਜ਼ਾਮ ਲਗਾਏ ਗਏ ਨੇ ਕਿ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸਦੀ ਕੁੱਟਮਾਰ ਕੀਤੀ ਹੈ, ਜਿਸ ਤੋਂ ਬਾਅਦ ਉਸਨੂੰ ਕਈ ਘੰਟਿਆਂ ਬਾਅਦ ਹਸਪਤਾਲ ਦਾਖਲ ਕਰਵਾਇਆ ਜਾਂਦਾ ਹੈ। ਜ਼ਖਮੀ ਸ਼ਖਸ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਦੇ ਨਾਲ ਇੱਕ ਰੈਸਟੋਰੈਂਟ ਦੇ ਵਿੱਚ ਰੋਟੀ ਖਾਣ ਗਿਆ ਸੀ, ਜਿੱਥੇ ਉਸਦੇ ਸਾਥੀ ਦੀ ਤਬੀਅਤ ਖਰਾਬ ਸੀ ਤਾਂ ਉਸ ਵੱਲੋਂ ਉਲਟੀ ਕਰ ਦਿੱਤੀ ਜਾਂਦੀ ਹੈ, ਤਾਂ ਇਸਦੇ ਬਦਲੇ ਉਹ ਐਕਸਟਰਾ ਪੇਮੈਂਟ ਕਰਨ ਨੂੰ ਵੀ ਤਿਆਰ ਸੀ, ਪਰ ਰੈਸਟੋਰੈਂਟ ਦਾ ਮਾਲਕ ਇਸ ਸੰਬੰਧੀ ਉਲਟੀ ਕਰਨ ਵਾਲੇ ਨੂੰ ਹੀ ਇਸਦੀ ਸਫਾਈ ਕਰਨ ਦੇ ਲਈ ਕਹਿੰਦਾ ਤੇ ਉਸੇ ਗੱਲ ਤੇ ਅੜ ਜਾਂਦਾ, ਜਿਸ ਨੂੰ ਲੈ ਕੇ ਇਹਨਾਂ ਦੇ ਵਿੱਚ ਬਹਿਸ ਹੋ ਜਾਂਦੀ ਹੈ ਤੇ ਇੰਨੇ ਵਿੱਚ ਹੀ ਉਸਨੂੰ ਪਿੱਛੋਂ ਤੋਂ ਆ ਕੇ ਪੰਜਾਬ ਪੁਲਿਸ ਦਾ ਕਰਮੀ ਫੜ ਲੈਂਦਾ ਤੇ ਕੁੱਟਮਾਰ ਕਰਨ ਲੱਗ ਜਾਂਦਾ, ਜਿਸ ਤੋਂ ਬਾਅਦ ਉਹ ਫੋਨ ਕਰਕੇ PCR ਦੀ ਟੀਮ ਨੂੰ ਬੁਲਾਉਂਦਾ ਤੇ ਫਿਰ ਉਸਨੂੰ PCR ਦੀ ਵੈਨ ਦੇ ਵਿੱਚ ਬਿਠਾ ਕੇ ਲਿਜਾਇਆ ਜਾਂਦਾ ਤੇ ਰਸਤੇ ਦੇ ਵਿੱਚ ਖੜਾ ਕੇ ਉਸਦੀ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਜ਼ਖਮੀ ਹਾਲਤ ਦੇ ਵਿੱਚ ਉਸਨੂੰ ਹਸਪਤਾਲ ਨਹੀਂ ਲਿਜਾਇਆ ਜਾਂਦਾ, ਇਹ ਆਪਣੇ ਨਾਲ ਹੀ ਲੈ ਜਾਂਦੇ ਨੇ ਤੇ ਕਈ ਘੰਟਿਆਂ ਬਾਅਦ ਉਸਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ। ਤਾਂ ਵੱਡੇ ਇਲਜ਼ਾਮ ਇਸ ਸ਼ਖਸ ਵੱਲੋਂ ਪੰਜਾਬ ਪੁਲਿਸ ਦੇ ਮੁਲਾਜ਼ਮ ਤੇ ਲਗਾਏ ਜਾ ਰਹੇ ਨੇ ਕਿ ਉਹਨਾਂ ਵੱਲੋਂ ਕੁੱਟਮਾਰ ਕੀਤੀ ਗਈ ਹੈ। ਮੋਹਾਲੀ ਪੁਲਿਸ ਨੇ ਇਸ ਮੁਤਾਬਿਕ ਕਿਹਾ ਕਿ ਲੜਾਈ ਦੀ ਉਹਨਾਂ ਨੂੰ ਕਾਲ ਆਈ ਸੀ, ਜਿਸ ਤੋਂ ਬਾਅਦ PCR ਦੀ ਟੀਮ ਮੌਕੇ ਤੇ ਪਹੁੰਚਦੀ ਹੈ ਕਿ ਪੁਲਿਸ ਦੀ ਟੀਮ ਦੇ ਨਾਲ ਕੁਝ ਨੌਜਵਾਨ ਹੱਥੋਂ ਪਾਈ ਹੋਏ ਨੇ, ਜਿਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਫੜ ਲਿਆ ਤੇ ਰਸਤੇ ਦੇ ਵਿੱਚ ਇਹ ਗੱਡੀ ਦੇ ਵਿੱਚੋਂ ਛਾਲ ਮਾਰ ਜਾਂਦੇ ਨੇ, ਜਿਸ ਦੇ ਕਾਰਨ ਇਹਨਾਂ ਦੇ ਸੱਟਾਂ ਲੱਗਦੀਆਂ ਨੇ ਤੇ ਪੁਲਿਸ ਤੇ ਲਗਾਏ ਕੁੱਟਮਾਰ ਦੇ ਇਲਜ਼ਾਮ ਸਾਰੇ ਝੂਠੇ ਨੇ। ਤਾਂ ਦੱਸ ਦਈਏ ਕਿ ਚੰਡੀਗੜ੍ਹ ਦੇ ਪੁਲਿਸ ਕਰਮੀ ਵੱਲੋਂ ਮੋਹਾਲੀ ਪੁਲਿਸ ਕਰਮੀ ਤੇ ਇਲਜ਼ਾਮ ਲਗਾਏ ਗਏ ਨੇ ਕੁੱਟਮਾਰ ਦੇ, ਪਰ ਇਸ ਨੂੰ ਸਿਰੇ ਤੋਂ ਨਕਾਰਿਆ ਮੋਹਾਲੀ ਪੁਲਿਸ ਨੇ। ਉਹਨਾਂ ਕਿਹਾ ਕਿ ਪੁਲਿਸ ਦੇ ਨਾਲ ਹੱਥੋਂ ਪਾਏ ਹੋਏ ਸੀ, ਜਿਸ ਤੋਂ ਬਾਅਦ ਇਹਨਾਂ ਨੂੰ PCR ਵੈਨ ਦੇ ਵਿੱਚ ਲਿਜਾਇਆ ਜਾ ਰਿਹਾ ਸੀ ਤੇ ਇਹਨਾਂ ਨੇ ਵੈਨ ਦੇ ਵਿੱਚੋਂ ਛਾਲ ਮਾਰ ਦਿੱਤੀ, ਜਿਸ ਕਾਰਨ ਇਹਨਾਂ ਦੇ ਕਈ ਸੱਟਾਂ ਲੱਗ ਗਈਆਂ। ਸਾਡੇ ਨਾਲ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਤੇ ਉਹਨਾਂ ਨਾਲ ਪ੍ਰਾਈਵੇਟ ਬੰਦੇ ਨੇ ਸਾਨੂੰ PCR ਦੀ ਗੱਡੀ ਚਲਾ ਕੇ ਹਨੇਰੇ ਵਿੱਚ ਸਾਨੂੰ ਕੁੱਟਮਾਰ ਕੀਤੀ ਸਾਡੇ ਨਾਲ, ਜਿਵੇਂ ਚ ਮੇਰੇ ਸਿਰ ਦੇ ਵਿੱਚ ਵੀ ਟਾਂਕਿਆ, ਦੰਦ ਵੀ ਟੁੱਟਿਆ ਤੇ ਹੋਰ ਵੀ ਸਰੀਰ ਤੇ ਵੀ ਚੋਟਾਂ ਆਈਆਂ। ਤੇ ਜੋ ਅਸੀਂ ਹੁਣ ਅਸੀਂ ਤਾਂ ਇਹੀ ਦਰਖਾਸਤ ਕਰਦੇ ਹਾਂ ਪੰਜਾਬ ਮਾਨ ਸਰਕਾਰ ਨੂੰ ਵੀ ਇਹੀ ਕਰਦੇ ਹਾਂ ਵੀ ਜੋ ਅਸੀਂ ਐਸ ਦੀ ਐਪਲੀਕੇਸ਼ਨ ਡਾਕਟਰ ਸਾਹਿਬ ਨੇ ਵੀ ਇੱਕ ਵਜੇ ਦੀ ਭੇਜ ਰੱਖੀ, ਜੋ ਕਿ ਹੁਣ 4 ਵਜੇ ਦੇ ਕਰੀਬ ਦਾ ਟਾਈਮ ਹੋ ਗਿਆ, ਹਾਲੇ ਤੱਕ ਕੋਈ ਪੁਲਿਸ ਮੁਲਾਜ਼ਮ ਬਿਆਨ ਲਿਖਣ ਲਈ ਕੋਈ ਨਹੀਂ ਆਇਆ ਜੀ। ਕੁੱਟਮਾਰ ਕਿਉਂ ਹੋਈ? ਕੁੱਟਮਾਰ ਜੀ, ਉਹਨਾਂ ਅਸੀਂ ਦਾਣਾ ਪਾਣੀ ਨਾਮ ਦੇ ਇੱਕ ਰੈਸਟੋਰੈਂਟ ਆ, ਉੱਥੇ ਅਸੀਂ ਖਾਣਾ ਖਾਣ ਗਏ ਸੀ, ਮੈਂ ਤੇ ਇੱਕ ਮੇਰਾ ਦੋਸਤ ਆਰਮੀ ਦਾ, ਤੇ ਉਹ ਆਰਮੀ ਵਾਲਾ ਦੋਸਤ ਜ਼ਿਆਦਾ ਬਿਮਾਰ ਹੋਣ ਕਰਕੇ, ਕਿਉਂਕਿ ਉਹ ਗਲੇਸ਼ੀਅਰ ਦੇ ਵਿੱਚ ਦੱਬਿਆ ਗਿਆ ਸੀ ਉਹਨੂੰ ਪਿਛਲੇ ਦਿਨਾਂ ਦੇ ਵਿੱਚ, ਤਾਂ ਉਹਨੂੰ ਪ੍ਰੋਬਲਮ ਸੀ ਛਾਤੀ ਦੀ, ਤਾਂ ਉਹ ਤੋਂ ਉਲਟੀ ਹੋ ਗਈ ਉਸ ਕਾਰਨ। ਜਦੋਂ ਉੱਥੇ ਉਲਟੀ ਹੋ ਗਈ, ਉਹਨਾਂ ਨੂੰ ਅਸੀਂ ਖਾਣਾ ਖਾਣ ਤੋਂ ਬਾਅਦ ਅਸੀਂ ਕਿਹਾ ਵੀ ਕੋਈ ਚੱਕਰ ਨਹੀਂ, ਤੁਸੀਂ ਐਕਸਟਰਾ ਪੈਸੇ ਲੈ ਲਓ ਇਸਦੇ, ਜੋ ਵੀ ਸਾਫ਼ ਸਫਾਈ ਦੇ 200 ਲੈਣਾ, 400 ਲੈਣਾ, 500,000 ਲੈਣਾ ਲੈ ਲਓ। ਉਹ ਕਹਿੰਦੇ ਨਹੀਂ, ਤੁਸੀਂ ਖੁਦ ਸਾਫ਼ ਕਰੋਗੇ। ਤਾਂ ਮੈਂ 2 ਵਾਰ ਰਿਕੁਐਸਟ ਕੀਤੀ, ਦੈਨ ਉਹ ਦੂਸਰਾ ਮੁੰਡਾ ਥੋੜ੍ਹਾ ਹਜੇ ਖੰਘ ਰਿਹਾ ਸੀ, ਉਹ ਬਾਹਰ ਚਲਾ ਗਿਆ। ਮੈਂ ਉਸਨੂੰ ਬਾਹਰੋਂ ਕਹਿਣ ਚਲਾ ਗਿਆ, ਮੈਂ ਕਿਹਾ ਯਾਰ ਤੂੰ ਫਿਰ ਆਪਾਂ ਆਪ ਹੀ ਸਾਫ਼ ਕਰ ਦਿੰਦੇ ਹਾਂ, ਵੀ ਜੇ ਨਹੀਂ ਮੰਨ ਰਹੇ ਤਾਂ ਕੋਈ ਚੱਕਰ ਨਹੀਂ, ਸਾਫ਼ ਸਫਾਈ ਸਭ ਦੀ ਜ਼ਿੰਮੇਵਾਰੀ ਆ। ਅਤੇ ਅਸੀਂ ਉਹਨਾਂ ਨੂੰ ਗਏ, ਉਸ ਤੋਂ ਬਾਅਦ ਉਹਨਾਂ ਦੀ ਮੁਲਾਜ਼ਮ, ਉਹਨਾਂ ਨੇ ਮੁਲਾਜ਼ਮ ਬੁਲਾਏ ਫੋਨ ਕਰਕੇ, ਠੀਕ ਹੈ ਜੀ, ਉਹ ਪਤਾ ਨਹੀਂ PCR ਕਾਲ ਕੀਤੀ ਜਾਂ ਪਰਸਨਲੀ ਕਿਸੇ ਨੂੰ ਫੋਨ ਕੀਤਾ, ਜਿਨ੍ਹਾਂ ਨਾਲ ਸ਼ਾਇਦ ਇੱਕ ਦੇ ਜੈਕਟ ਵੀ ਅਲੱਗ ਕਲਰ ਦੀ ਪਾਈ ਹੋਈ ਸੀਗੀ ਅਤੇ 2-3 ਉਹਨਾਂ ਨਾਲ ਉਹ ਖੁਦ ਆਪਦੇ ਆਪਣੇ ਮੁਲਾਜ਼ਮ ਦੱਸ ਰਹੇ ਸੀ, ਜਿਹੜੇ ਕਿ ਸਿਵਲ ਵਰਦੀ ਦੇ ਵਿੱਚ ਸੀਗੇ, ਜਿਨ੍ਹਾਂ ਨੇ ਆਉਣ ਸਾਰ ਸਾਡੇ ਨਾਲ ਹੱਥਾਬਾਈ ਕੀਤੀ। ਅਸੀਂ ਮੈਂ ਆਪਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਮੇਰਾ ਮੋਬਾਈਲ ਵੀ ਖੋਲਿਆ, ਮੋਬਾਈਲ ਖੋਲਣ ਤੋਂ ਬਾਅਦ ਸਾਨੂੰ PCR 'ਚ ਫੜਾ, ਕਹਿੰਦਾ ਮੈਂ ਉਹਨੂੰ ਦੱਸਿਆ ਵੀ ਮੁਲਾਜ਼ਮ ਹੀ ਅਸੀਂ ਵੀ, ਉਹ ਕਹਿੰਦੇ ਕੋਈ ਗੱਲ ਨਹੀਂ ਥਾਣੇ 'ਚ ਲਓ, ਮੈਂ ਕਿਹਾ ਕੋਈ ਗੱਲ ਨਹੀਂ। ਅਸੀਂ PCR ਦੇ ਵਿੱਚ ਗਏ, PCR 200-300 ਮੀਟਰ ਅੱਗੇ ਜਾ ਕੇ ਹਨੇਰੇ ਦੇ ਵਿੱਚ ਗੱਡੀ ਲਾਈ, ਮੈਂ ਕਿਹਾ ਦਾਣਾ ਪਾਣੀ ਵਾਲਿਆਂ ਦੀ ਗੱਡੀ ਆ ਗਈ, ਸਾਨੂੰ PCR 'ਚੋਂ ਕੱਢਿਆ ਮੈਨੂੰ ਅਤੇ ਉੱਥੇ ਕੁੱਟਮਾਰ ਕੀਤੀ।
ਕਾਹਦੇ ਨਾਲ ਕੁੱਟ ਮਾਰਿਆ? ਡੰਡੇ ਨਾਲ, ਲੱਠਕੇ ਨਾਲ। ਕੰਮ ਕੀ ਕਰਦੇ ਤੁਸੀਂ? ਅਸੀਂ ਚੰਡੀਗੜ੍ਹ ਪੁਲਿਸ 'ਚ। ਕਿਹੜੀ ਜਗ੍ਹਾ 'ਤੇ ਘਟਨਾ ਹੈ? ਹਾਂਜੀ, ਇਹ 3B2 ਹਾਂ, ਥਾਣੇ। ਉਸ ਕੁੱਟਮਾਰ ਕਰਨ ਤੋਂ ਬਾਅਦ ਖੂਨ ਬਹੁਤ ਨਿਕਲਣ ਲੱਗ ਗਿਆ, ਫਿਰ ਸਾਨੂੰ ਥਾਣੇ ਲੈ ਗਏ। ਥਾਣੇ ਜਦੋਂ ਲੈ ਕੇ ਗਏ ਫਿਰ ਉੱਥੇ ਵੀ ਸਾਡੇ ਨਾਲ ਕਾਫੀ ਦੁਰਵਿਵਹਾਰ ਕੀਤਾ ਇਹਨਾਂ ਨੇ, ਸਾਡੀ ਗੱਲ ਨਹੀਂ ਸੁਣੀ। ਉਹ ਘੰਟਾ, ਇੱਕ ਘੰਟਾ ਇਹਨਾਂ ਨੇ ਖੂਨ ਨਿਕਲਣ ਦੇ ਬਾਵਜੂਦ ਵੀ ਇੰਨਾ ਇੱਕ ਘੰਟਾ ਥਾਣੇ ਦੇ ਵਿੱਚ ਬਿਠਾ ਕੇ ਰੱਖਿਆ, ਕੋਈ ਮੈਡੀਕਲ ਟ੍ਰੀਟਮੈਂਟ ਲਈ ਲੈ ਕੇ ਨਹੀਂ ਗਏ ਸਾਨੂੰ, ਔਰ ਨਾ ਹੀ ਇਹਨਾਂ ਦੇ ਕੋਈ ਕੰਪਿਊਟਰ ਆਪਰੇਟਰ ਸੀ ਸਾਡੀ ਜੋ ਦਰਖਾਸਤ ਜਾਂ ਸਾਡੀ ਕੋਈ DDR ਉਸ ਟਾਈਮ ਕੱਟ ਸਕੇ, ਇਹਨਾਂ ਨੇ ਆਪਦਾ ਕੰਪਿਊਟਰ ਆਪਰੇਟਰ ਵੀ ਬਿਜਾਤਾ। ਹੋਸਪਿਟਲ ਸਾਨੂੰ ਬਾਅਦ 'ਚ ਫਿਰ ਥਾਣੇ ਵਾਲੇ ਲੈ ਕੇ ਆਏ, ਜੋ ਅਸੀਂ ਇੱਥੇ ਵਾਰ ਵਾਰ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਸਾਡਾ ਮੈਡੀਕਲ ਕੀਤਾ ਜਾਵੇ, ਸਭ ਕੁਛ ਕੀਤਾ ਜਾਵੇ, ਅਤੇ ਦੂਸਰਿਆਂ ਦਾ ਜਿਹੜੀ ਦੂਸਰੀ ਪਾਰਟੀ ਉਹ ਵੀ ਨਾਲ ਹੀ ਸੀ, ਸਾਰੀ ਲੈ ਕੇ ਥਾਣੇਦਾਰ ਦੇ ਨਾਲ ਨਾਲ ਚੱਲ ਰਹੀ ਸੀ ਉਹ ਸਾਰੀ ਪਾਰਟੀ। ਉਹਨਾਂ ਨੂੰ ਅਸੀਂ ਕਿਹਾ ਵੀ ਇਹਨਾਂ ਦਾ ਵੀ ਮੈਡੀਕਲ ਕੀਤਾ ਜਾਵੇ, ਜੋ ਕਿ ਉਹਨਾਂ ਨੇ ਡਾਕਟਰ ਸਾਹਿਬ ਨੇ ਕਿਸੇ ਦਾ ਮੈਡੀਕਲ ਨਹੀਂ ਕੀਤਾ, ਸਿਰਫ ਇਕੱਲਾ ਡਰਿੰਕ ਦਾ ਟੈਸਟ ਕੀਤਾ ਜੋ ਕਿ ਮੇਰਾ ਨਿੱਲ ਪਾਇਆ ਗਿਆ ਟੈਸਟ ਦੀ ਰਿਪੋਰਟ ਦੇ ਵਿੱਚ। ਅਤੇ ਉਸ ਤੋਂ ਬਾਅਦ ਵੀ ਫਿਰ ਇਹਨਾਂ ਨੇ ਮੇਰੇ ਟਾਂਕੇ ਟੂੰਕੇ ਲਾਤੇ, ਪਰ MLR ਨਹੀਂ ਕੱਟੀ। ਫਿਰ ਅਸੀਂ ਸੁਭਾਅ ਦੁਬਾਰਿਆ ਕਿ MLR ਕਟਵਾਈ, ਫਿਰ ਇਹਨਾਂ ਨੂੰ ਅਸੀਂ MLR, ਔਰ MLR ਕੱਟਣ ਤੋਂ ਬਾਅਦ ਵੀ ਇਹਨਾਂ ਨੇ ਵੀ ਧੋਖਾਧੜੀ ਦੇ ਨਾਲ ਜਿਹੜੀ MLR ਕੱਟੀ ਉਹਦੇ ਵਿੱਚ ਨਾਮ ਗਲਤ ਪਾ ਦਾ, ਜਾਂ ਕਿ ਡਿਲੇ ਹੋ ਸਕੇ, ਤਾਂ ਕਿ ਡਿਲੇ ਹੋ ਸਕੇ। ਜੋ ਫਿਰ ਹੁਣ ਵੀ 1 ਵਜੇ ਦੇ ਕਰੀਬ ਇਨਫੋਰਮੇਸ਼ਨ ਦੇ ਚੁੱਕੇ ਹਾਂ ਚੌਂਕੀ 'ਚ, ਉਹਨਾਂ ਨੇ ਅੱਗੇ ਮਟਾਓ ਥਾਣੇ ਵੀ ਦੇਤੀ, ਪਰ ਹਾਲੇ ਤੱਕ ਕੋਈ ਵੀ ਮਟਾਓ ਥਾਣੇ ਦਾ ਨਹੀਂ ਆਇਆ। ਹਾਂ, ਸਾਡੀ ਚੰਡੀਗੜ੍ਹ ਪੁਲਿਸ ਦੇ ਪ੍ਰਸ਼ਾਸਨ ਵੀ ਉਹਨਾਂ ਨਾਲ ਤਾਲਮੇਲ ਕਰ ਰਿਹਾ ਵੀ ਤੁਸੀਂ ਕਰੋ ਸਭ ਕੁਛ, ਤਾਲਮੇਲ ਬਣਾ ਰਿਹਾ ਵੀ ਤੁਸੀਂ, ਪਰ ਉਹ ਫਿਰ ਵੀ ਨਹੀਂ ਆ ਰਿਹਾ, ਕੋਈ ਬਿਆਨ ਦੇਖ ਨਹੀਂ ਆ ਰਿਹਾ, ਕੋਈ ਕੁਛ ਨਹੀਂ ਕਰ ਰਿਹਾ। ਤੁਸੀਂ ਖੁਦ ਇੱਕ ਮੁਲਾਜ਼ਮ ਪੁਲਿਸ ਮੁਲਾਜ਼ਮ ਹੋ, ਉਹ ਵੀ ਇੱਕ ਮੁਲਾਜ਼ਮ ਸੀਗੇ ਕਿ ਉਹਨੇ ਨਸ਼ਾ ਵਗੈਰਾ ਕੀਤਾ ਹੋਵੇ ਜਿਸ ਕਰਕੇ? ਹਾਂ, ਉਹਨਾਂ ਨਾਲ ਡਰਿੰਕ ਲੱਗ ਰਹੀ ਸੀ, ਅਤੇ ਉਹਨਾਂ 'ਚੋਂ ਉਹਨਾਂ ਨੇ ਆਪਣੇ 'ਚ ਇੱਕ ਬੰਦਾ ਤਾਂ ਭਜਾ ਦਿੱਤਾ ਸੀ, ਹੋਸਪਿਟਲ ਤੱਕ ਵੀ ਨਹੀਂ ਲੈ ਕੇ ਆਏ, ਉਹਨਾਂ ਨੇ ਦੂਰ ਭਜਾਤਾ, ਕਹਿੰਦੇ ਵੀ ਪਤਾ ਨਹੀਂ ਕਿਉਂ ਪਤਾ ਤਾਂ ਨਸ਼ਾ ਕੀਤਾ ਹੋਇਆ ਸੀ। ਬਾਕੀਆਂ ਦਾ ਅਸੀਂ ਕਿਹਾ ਵੀ ਇਹਨਾਂ ਦਾ ਵੀ ਮੈਡੀਕਲ ਕੀਤਾ ਜਾਵੇ, ਉਹਨਾਂ ਦਾ ਆਈ ਉਹਨੇ ਕਿਸੇ ਦਾ ਮੈਡੀਕਲ ਨਹੀਂ ਕਰਵਾਇਆ, ਜੇ ਮੈਡੀਕਲ ਕਰਾਉਂਦੇ ਤਾਂ ਉਹ ਸ਼ਾਇਦ ਪੱਕਾ ਹੋ ਜਾਣਾ ਸੀ ਯਕੀਨ ਵੀ ਨਸ਼ਾ ਕੀਤਾ ਹੋਇਆ ਸੀ।